ਥਾਣਾ ਬੱਲਾ ਦੇ SHO ਜਸਵੀਰ ਸਿੰਘ ਨੂੰ ਅਤੇ ਉਹਨਾਂ ਦੀ ਟੀਮ ਨੂੰ ਕਾਮਰੇਡ ਤਰਸੇਮ ਸਿੰਘ ਭੋਲਾ ਵੱਲੋਂ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਭੋਲਾ ਵੱਲੋਂ ਆਖਿਆ ਗਿਆ ਕਿ ਥਾਣਾ ਬੱਲਾ ਦੇ SHO ਜਸਵੀਰ ਸਿੰਘ ਦੀ ਚੰਗੀ ਕਾਰਗੁਜ਼ਾਰੀ ਕਾਰਨ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਹੈ ਤਾਂ ਜੋ ਇਸ ਨਾਲ ਉਹਨਾਂ ਦੀ ਹੌਸਲਾ ਅਫਜ਼ਾਈ ਹੋ ਸਕੇ ਅਤੇ ਉਹ ਅੱਗੇ ਤੋਂ ਵੀ ਕੰਮ ਵਧੀਆ ਕਰ ਸਕਣ। ਸਿਤਾਰੇ ਚੰਨ ਦੀ ਰਿਪੋਰਟ। ਥਾਣੇ ਸਰਦਾਰ SHO ਸਾਹਿਬ ਜਸਵੀਰ ਸਿੰਘ ਜੀ ਉਹਨਾਂ ਦੀ ਟੀਮ ਪਿਛਲੇ ਦਿਨੀ ਜੋ ਇਹਨਾਂ ਨੇ ਨਸ਼ੇ ਦੇ ਸੰਬੰਧ ਵਿੱਚ ਕੰਮ ਕੀਤੇ ਆ ਉਹ ਸ਼ਲਾਘਾਯੋਗ ਆ। ਉਹਦੇ ਸੰਬੰਧ ਵਿੱਚ ਅਸੀਂ ਸਾਰੇ ਹੀ ਜਿੰਨੇ ਵੀ ਪੁਲਿਸ ਅਫਸਰ ਆ ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਜਿੱਦਾਂ ਬੱਲੇ ਟੀਮ ਨੇ ਕੰਮ ਕੀਤੇ ਆ ਉੱਦਾਂ ਸਾਰੇ ਕਰਨ ਅਤੇ ਨਸ਼ਾ ਜਿਹੜਾ ਮੁਕਤ ਹੋ ਸਕਦਾ ਕੋਈ ਔਖਾ ਨਹੀਂ ਹੈ। ਇਸ ਕਰਕੇ ਅਸੀਂ ਅੱਜ ਜਨਾਬ ਮੁੰਡਾ ਨੂੰ ਉਹਨਾਂ ਦੀ ਟੀਮ ਨੂੰ ਸਨਮਾਨਿਤ ਕਰਨ ਆਏ ਹਾਂ ਕਿ ਇੱਦਾਂ ਹੀ ਸਾਰੇ ਕੰਮ ਕਰਨ ਜੇ ਮਾਵਾਂ ਦੇ ਪੁੱਤ ਬਚ ਸਕਦੇ ਆ ਔਰ ਜਿਹੜੀਆਂ ਭੈਣਾਂ ਵਿਧਵਾ ਹੋ ਜਾਂਦੀਆਂ ਉਹ ਬਚ ਸਕਦੀਆਂ। ਅਸੀਂ ਪਰਮਾਤਮਾ ਅੱਗੇ ਪ੍ਰਭੂ ਅੱਗੇ ਇਹ ਬੇਨਤੀ ਕਰਾਂਗੇ ਇਹਨਾਂ ਨੂੰ ਹੋਰ ਬਲ ਬਖਸ਼ੇ ਪ੍ਰਭੂ ਇਹਨੇ ਇੱਦਾਂ ਦੇ ਜਿਹੜੇ ਆ ਕੰਮ ਕਰਦੇ ਰਹਿਣ ਅਤੇ ਇਹਨਾਂ ਦੀ ਤਰੱਕੀ ਹੁੰਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਜੈ ਮਸੀਹ।